ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਅਤੇ ਲਓ ਬਾਈ, ਰਾਤ ਹਨੇਰੀ ਅਤੇ ਮੀਂਹ ਚੰਗਾ ਪਿਆ, ਮੀਂਹ ਤਾਂ ਘੱਟ ਪਿਆ, ਹਨੇਰੀ ਜ਼ਿਆਦਾ ਜੀ। ਅਤੇ ਹੁਣ ਕਣਕਾਂ ਦੇਖਣ ਆਏ ਹਾਂ ਬਾਈ, ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ। ਅਤੇ ਆਹ ਦੇਖੋ ਬਾਈ, ਕਣਕ ਦਾ ਹਾਲ। ਇੱਧਰ ਪਹਿਲਾਂ ਮਿਲੋ ਉਸਤਾਦ ਜੀ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਸਤਾਦ ਜੀ, ਰਾਤ ਜ਼ਿਆਦਾ ਹੀ ਕੁਝ ਨਜਾਇਜ਼ ਕਰ ਕਰ ਆਪਾਂ ਕਿ ਜਾਇਜ਼। ਉਹ ਬਾਈ ਹੁਣ ਇਹਦੇ ਮੇਰੇ ਕਿਹਦੀ ਪੇਚ ਚੱਲਣ, ਇਹ ਤਾਂ ਕਿ ਨਹੀਂ, ਇਹ ਤਾਂ ਹੈ। 4 ਮਹੀਨੇ ਹੋ ਗਏ ਪਾਲਦਿਆਂ ਨੂੰ। 4 ਮਹੀਨੇ ਹੋ ਗਏ, ਆਹੀ ਕੁਛ ਕਹਿੰਦੇ ਨੇ ਵੀ ਵਧੀਆ ਹੈ, ਵਧੀਆ ਹੈ। ਇੱਕ ਰਾਤ 'ਚ ਦੇਖ ਲਾ ਸਾਰਾ ਕੁਛ ਬਦਲ ਗਿਆ। ਹਾਂ ਕਿ ਨਹੀਂ, ਉਹ ਦੇਖ, ਉਹ ਵੀ ਮੈਂ ਕਹਿੰਦਾ ਮੰਡ ਗੇੜਾ ਮਾਰ ਕੇ ਆਉਣਾ ਹਰਸ਼ਵੀਰ। ਹਰਸ਼ਵੀਰ ਆਹ ਤੇਰੀ 200 ਬਾਈ, 200 ਬਾਈ ਆ ਬਾਈ, ਤੇ ਇਹਦੇ ਬੜ ਬੜ। ਹਾਂ ਠੀਕ ਆ, ਆਹ 187 ਹੈ, ਨਾਲੇ ਦੂਈ ਹੈ, ਉਹ ਗੇੜਾ ਮਾਰ ਕੇ ਆਏ ਆ ਪਾਲਟੀ, ਉਹ ਆ ਗਈ ਪਾਲਟੀ। ਹਾਂ ਤੇ ਬਾਕੀ ਬਾਈ ਆਹ ਦੇਖਿਆ ਰਿਹਾ, ਇਹਨੂੰ ਪਾਣੀ ਤਾਂ ਲਾਇਆ ਹੋਇਆ। ਹਾਂ ਇਹ ਜਮਾਂ ਹੀ ਸੋਚ ਦੀ, ਇਹ ਵੀ ਸੋਕੀ ਹੋਇਆ, ਇਹ ਪਹਿਲਾਂ ਲੱਗਿਆ ਵਾ, ਘੱਟੋ ਘੱਟ ਹਫ਼ਤਾ ਦਸ ਦਿਨ ਲੱਗੇ ਵੇ, ਮੈਂ ਹਜੇ ਲਾਉਂਦਾ ਰਹਿ ਗਿਆ। ਚੱਲ ਫਿਰ ਵੀ ਯਾਰ ਤਗਰੇ ਗਈਆਂ, ਤੱਗੀਆਂ ਗਈਆਂ, ਇਹ ਤਾਂ ਹਰੇਕ ਦੇ ਹੀ ਆ। ਠੀਕ ਹੈ ਕਿ ਨਹੀਂ, ਕਣਕਾਂ ਤੀਆਂ ਭਾਰੀ ਆ, ਐਤਕੀ ਭਾਰੀ ਆ। ਠੀਕ ਹੈ, ਹੁਣ ਸਿਰੇ ਪਰ ਆਏ ਤਾਂ ਸਿਰ ਭਾਰੀ ਹੋਵੇ ਤਾਂ ਤੈਨੂੰ ਪਤਾ, ਬਸ ਚੱਲ ਜੋ ਜਿੱਥੇ ਰਹਿਣਾ ਉੱਥੇ ਰਹਿਣਾ, ਕਿ ਨਹੀਂ। ਤੇ ਬਾਕੀ ਆਏ ਆ ਜਿਹਨਾਂ ਦਾ ਪਾਣੀ ਲੱਗਿਆ ਉਹਨਾਂ ਕੋਲ ਤਾਂ ਬਹਾਨਾ ਹੈਗਾ, ਬਾਕੀ ਸਰੋਂ ਤਾਂ ਗਿਰੀ ਹੈਗੀ ਮੇਰੀ, ਸਰੋਂ ਠੀਕ ਹੈ, ਬਾਕੀ ਛੱਟੀ ਤੇਰੀ ਸਾਰੀ ਹਰੀ, ਛੱਟੀ ਬਾਈ ਮੇਰੀ ਸਾਰੀ ਹਰੀ ਹੋ ਗਈ, ਤਕਰੀਬਨ ਸਭ ਦੀ ਹਰੀਆਂ, ਸਭ ਦੀ ਹਰੀਆਂ ਹੋ ਗਈਆਂ। ਪਰ ਇੱਕ ਦੇ ਚੱਲ ਪੈ ਗਿਆ, ਵਧੀਆ ਵੀ ਹੋਇਆ ਇਹ ਮੀਂਹ ਜਿਹੜਾ, ਮਾੜੀ ਹੁਣ ਠੰਡ ਜੀ ਹੋ ਜੂਗੀ, ਠੰਡ ਜੀ ਹੋ ਜੂਗੀ। ਵੈਸੇ ਹਲੇ ਕੱਲ ਦਾ ਵੀ ਦੱਸਿਆ ਹੋਇਆ, ਹਾਂ ਹਾਂ, ਦੋ ਤਿੰਨ ਦਿਨ ਦੱਸਿਆ ਹੋਇਆ, ਕਿਆ ਪਤਾ ਹਲੇ ਕਿਆ ਕਰਨਾ ਹੈ, ਹਜੇ ਕਿਆ ਪਤਾ, ਹਜੇ ਜਿਹੜੀ ਆ ਖੜੀ ਆ ਇਹ ਪਤਾ ਨਹੀਂ ਖੜੀ ਰਹਿਣੀ, ਪਤਾ ਨਹੀਂ। ਉਹ ਰਾਤ ਪਿੰਜਰੇ 'ਚ ਬੰਦ ਕਰੇ ਹੋਏ ਤੇ ਕੁੱਤੇ, ਹਾਂ 2-2.5 ਵਜੇ ਜੂੰ ਬਾਈ ਭੌਂਕਣ ਲੱਗੇ, ਮੈਂ ਕਿਹਾ ਕਿਆ ਹੋ ਗਿਆ ਇਹਨਾਂ ਨੂੰ, ਜਾਂ ਉੱਠ ਕੇ ਦੇਖਿਆ ਉਹ ਮੀਂਹ ਕਰਾ, ਵੈਸੇ ਨਾ ਹੋਵੇ ਤਾਂ ਚੰਗੀ ਗੱਲ, ਹੋਰ ਕਿਤੇ ਨੀ, ਇਹ ਤਾਂ ਗਿਰਿਆ ਹੋਈ ਤਾਂ ਚੱਕ ਲਾਂਗੇ, ਇਹ ਤਾਂ ਘੱਟ ਵੱਧ ਚੱਲੀ ਜਾਣੇ, ਔਖਾ ਹੋ ਜਾਂਦਾ ਬਾਈ। ਹੋਰ ਤੈਨੂੰ ਪਤਾ ਇੱਕ ਵਾਰ ਪਿਛਲੇ ਤੇ ਪਿਛਲੇ ਸਾਲ ਦੀ ਗੱਲ ਹੈ, ਜਦ ਭੇਜਦੇ ਕਣਕ ਝਾੜੀ ਸੀ, ਮੇਰੇ ਕੋਲ ਤਾਂ ਪਿਛਲੇ ਸਾਲ ਦੀ ਗੱਲ, ਆਪਾਂ ਨੇ ਪਹਿਲਾਂ ਵੱਢੀ ਸੀ, ਮੇਰੇ ਕੋਲ ਉਹਦੇ ਵੀ ਕਲਿੱਪ ਪਏ ਆ। ਹਾਂ ਪਾਣੀ ਲੱਗਿਆ ਹੋਇਆ, ਫਿਰ ਵੀ ਤੱਗੀਆਂ ਗਿਰ ਗਈਆਂ। ਇਹਦੀ ਹਾਈਟ ਮੈਂ ਕਹਿੰਦਾ ਕਿੰਨੀ ਹੋਊਗੀ ਯਾਰ, 4 ਫੁੱਟ ਦੇ ਕਰੀਬ, ਮੇਰੀ ਹਾਈਟ ਦੇਖ ਲੋ ਰਿਆ ਜਾ, ਮੇਰੀ ਹਾਈਟ ਤਾਂ ਮੰਨ ਲਾ ਤੂੰ 5-9-10 ਹੈ, ਆ ਦੇਖ ਲੈ ਇੱਥੇ ਆਉਂਦੀ ਆ, 1.5 ਫੁੱਟੇ ਰਹਿ ਗਿਆ, ਹਾਂ ਉਹੀ 4 ਫੁੱਟ ਦੇ ਗੇੜ, 4 ਫੁੱਟ ਬਾਈ ਹੈਗੀ ਦੀ। ਤੇ ਇਹ ਚ ਆ ਕਿਹੜਾ ਬੀਜ ਦੱਸਿਆ ਤਾ ਉਹਨੇ, 187 ਆ ਬਾਈ, ਇਹ ਹੈ ਹਜੇ ਉਹੀ ਦੀ, ਪਾਣੀ ਇਹਨੂੰ ਵੀ ਨਹੀਂ ਤਾਂ ਲੱਗਿਆ, ਨਹੀਂ ਪਾਣੀ ਇਹਨੇ ਲਾ ਤਾ 10-12 ਦਿਨ ਹੋ ਗਏ, 15 ਆਹ ਉਹ ਸੁੱਕੇ ਗਿਆ ਤਾ, ਕੋਈ ਕੋਈ ਯਾਰ ਉਹ ਨਹੀਂ ਹੈਗਾ, ਹਵਾ ਮੂਹਰੇ ਕੁਛ ਨਹੀਂ ਖੜਦਾ, ਹਵਾ ਮੂਹਰੇ, ਹਵਾ ਤਾਂ ਬੜੇ ਬੜੇ ਦਰਖਤ ਵੱਢ ਦਿੰਦੀ ਹੈ ਤੇ ਫੇਰ ਕਣਕਾਂ। ਬਾਕੀ ਬਾਈ ਮੈਂ ਕਹਿੰਦਾ ਉਹਨੂੰ ਵੀ ਫਰਕ ਪਿਆ, ਬੂਰ ਵੀ ਨਹੀਂ ਦਿਖਦਾ ਕੋਈ, ਬੂਰ ਤਾਂ ਐਤਕੀ ਤੇਰੇ ਹੈਗਾ ਮੜਾ ਜਿਹਾ ਲੱਗਿਆ, ਮੁੱਕਣਾ ਨਹੀਂ ਤੇਰੇ, ਆ ਦੇਖ ਇੱਕ ਟਾਣੀ ਨੂੰ, ਤੈਨੂੰ ਇੱਕ ਇੱਕ ਦੱਸਾਂ, ਇਹ ਲੰਗੜਾ ਅੰਬ ਹੈ, ਇਹਨੂੰ ਲੱਗਣੇ ਥੋੜੇ ਜਿਹੇ ਬਸ, ਗਿਣਵੇਂ ਚੋਣਵੇਂ ਹੀ ਲੱਗਣੇ ਬਸ, ਅੱਛਾ ਪਰ ਲੱਗਣਾ ਪੂਰਾ ਗਿੱਠ ਦਾ ਹੈ, ਇਹ ਪਹਿਲੀ ਹਵਾ ਹੀ ਕਰ ਦਿੰਦੀ ਕੰਮ, ਜਾਂ ਉਹਨੂੰ ਪੱਕਣ ਦਿੰਦੀ, ਗੇਰ ਦਿੰਦੀ ਮਰੂਦ ਵੀ ਸਭ ਕੁਛ ਹੈਗੀ, ਜਮੋਏ ਵੀ ਹੈਗੇ ਆ, ਲੱਗੀ ਜਾਂਦੇ ਇਹਨੂੰ, ਆਦ ਲੱਗਿਆ ਹੋਇਆ, ਉਹ ਹੁਣ ਨੀ ਹੈਗਾ ਯਾਰ, ਹੁਣ ਹਰੇਕ ਨੂੰ ਲੱਗੀ ਜਾਂਦੇ, ਪਹਿਲਾਂ ਹੋਏ ਕਰਦਾ ਤਾਂ ਵੀ ਗਰਮੀ ਨੀ ਲੱਗਦੇ ਆ, ਸਾਡੇ ਘਰ ਆ ਉਹਨੂੰ ਵੀ ਦੇਖੀ ਤੂੰ, ਜਦ ਦੇਖ ਲੱਗੇ ਤੇ ਲੱਗੇ ਚਲੋ ਨਾ ਕੱਲ ਦੇ ਵੱਢਣੇ ਆ, ਐਡਵਾਂਸ ਰੱਖਦੇ ਆ।
चलो ठीक है जी, ओ तेरी नवाशहर भी पेरे रात बर्फ एना मैं सुकी है मेरी तगिया तलिया मेरे पास इन्होंने खेत पानी भी नहीं पींदे सतबीर गिरी नहीं क्या रेट बढ़ाऊंगा दाता सही सत्तर रुपए वध गए ना बरसीन फिर दात आली चलूगा तू ही बढ़ाई तो बढ़ के थोड़ी लेके जाने सौ रुपया बच जाना यार ढाई सौ की पच्ची हजार रुपया बन जाना ठीक है खाली हो पे रहना था खेत और खेत हूं खेत बदलमा हो गया गन्ने नु कख नहीं आएगा खेत में जाके तो वही तो है बदलमा हो जाता खेत अजे गेड़ा मारी नाले चलदे मंजा रख के आना अंदर यार मंड ते चक के ले आया था फिर मैं उठी रखया था बाहर अच्छा अच्छा भाई थी मैं चल इथे रख दूं चल ओके चलो जी चलिए चलो ठीक है ओके ते भाई लो वही काम हो गया दादा आ बजरी ले आते आपा पिछला सामान तो उतार लिया था मूरे बजरी ले गई थी पहला खड़ा रहा दो तीन घंटे तो उसके बाद रात दब गया थले जो फुटका स्टैंड होता थले चले गया फट्टी भी लाई थी थले फट्टी भी टुट गई देखते हम उतारते हैं कल चक के देखे तार सी डायरेक्टर चक नहीं हुई क्योंकि वजन मूहरे ही है भाई ये 100 फुट के करीब बजरी है मूहरे ही है पिछे दूगा समान था बच्चे तो मिस्त्री लगे हुआ लो भाई चाचे रही ले रहे हैं भगवंत मान के फैसले का पूरा आनंद ले रहे हैं है चाचे तीया ट्राला लिया भाई हूं ए तो नहीं है लभना अपना चको टाइट ट्राला रियालिटी पाओ जेब च भरा लिया फतेह है जी फतेह तीन आ गए ठीक नहीं हां बाकी माड़ा मोटा घटिया फिर देख लूंगे पटना ही चाचे ने मिस्त्री लाया इधर असि भी लाया चाचे साढ़ा तो तंगे पाओ करता मिस्त्री थोड़ा तो मैं देखा थोड़ा करी कुछ नहीं तू मैं कहता मिस्त्री एक दिन आंदा दो दिन छुट्टी मिस्त्री हां हां गाडर कह दिया यार उन्हें आना अज कहना पता करके दसूंगा अज आना उन्हें मैं तुम दस दूंगा फोन कर दी मर जा हा हुण ठीक आ कहो गाडर दा पता करके आई जा तू चाचे नु कहदा ठीक किन्ने चाहिदे आ 3-4 मिल गए जेडे अच्छा ठीक नहीं ठीक आ आओ साडा थर जाना 3-4 मिल गए हां बहुत है कोई नहीं करदे हिल्ला मूरे वाले चाहिदे दो पिछले तो पूरे साडे पास जेडे आए पैणे आ हां ओ पूरे आ ओ पूरे आ जेडे खड़े करने ओ चाहिदे खड़े दा हुण ही नहीं कोई हां आए ओ पैणा बस अच्छा ओ 25 फुट दा अच्छा
ਉਹ ਪੈਣਾ ਬਾਕੀ ਇਹ ਲੋਡ ਵੀ ਸਾਡੇ ਪੂਰੇ ਆ ਉੱਪਰ ਦੂਜੀਆਂ ਚੈਨਰੀ ਰੱਖਣੀਆਂ ਅੱਛਾ ਡੱਬੀ ਡੱਬੀ ਠੀਕ ਨਹੀਂ ਹੂੰ ਠੀਕ ਆ ਕੋਈ ਨਹੀਂ ਕਰਦੇ ਹਿੱਲ ਕਰੀ ਫੋਨ ਹੂੰ ਆ ਜਾਣਾ ਉਹ 9 ਵਜੇ ਦੇ ਖਾਸ ਵੀ ਕਿਹਾ ਵਾ ਗੰਨਾਂ ਦੀ ਚਾਹ ਦੇ ਕੇ ਅੱਛਾ ਭਈ ਆ ਕੇ ਗੰਨੇ ਉਹ ਦੂਆ 88 ਕੇ ਬੀਜਦੇ ਆ ਨਾ ਨਾ ਹੂੰ ਬੀਜਣਾ ਗੰਨਾ ਘੜਨਾ ਆਏ ਜਾਂ ਉਹ ਘੜ ਕੇ ਬੀਜ ਜਾਊਗਾ ਹਾਂ ਅੱਜ ਕਿੱਥੇ ਬੀਜ ਦੂਗਾ ਉਹ ਅਜਾ ਬੀਜ ਹੋਣਾ ਤੇ ਉਹਨਾਂ ਕਹਿੰਦਾ ਬੀਜ ਕਰ ਲੋ ਸਾਰੇ ਜਿੰਨਾ ਹੈਗਾ ਹਾਂ ਇਕੱਠਾ ਦਾ ਕੰਮ ਨਿਬੜੂਗਾ ਇਕੱਠਾ ਨਹੀਂ ਬੜੂਗਾ ਕੱਲ ਨੂੰ ਛੱਡੋ ਵੱਡ ਵੱਡ ਟੁੱਕੇ ਵੀ ਜਾਏ ਬੀਜ ਹੂੰ ਉੱਥੇ ਬੀਜਣਾ ਉੱਥੇ ਇੱਧਰ ਹਰੇ ਜਵੀ ਖੜੀ ਆ ਉਹ ਵੀ ਸਿੱਧਣੀ ਆ ਹੁਣ ਅੱਛਾ ਇੱਕ ਵਿਆਹ ਆਇਆ ਵੇ ਯਾਰ ਜਵੀ ਦਾ ਕੀ ਰੇਟ ਆ ਆ ਦੇਖੋ ਥੋੜਾ ਵਿੱਚ ਹੁੰਦੇ ਨੇ ਮਿੱਟੀ ਆ ਥੱਲੇ ਦਾ ਦੱਸਿਆ ਤਾਂ ਹੈਗਾ ਇੱਥੇ ਕਿਹੜੇ ਚਾਰ ਘਟਾ ਉਹ ਪਹਿਲਾਂ ਪਹਿਲੀ ਹੋਇਆ ਪਹਿਲਾਂ ਪਹਿਲਾਂ ਹੀ ਹੋਇਆ ਗਾਣਾ ਕੱਢਣ ਯੋਗੀ ਸਾਰੇ ਹੋਰ ਕੁਝ ਨਹੀਂ ਪਹਿਲਾਂ ਪਹਿਲਾਂ ਹੀ ਦੋ ਜਾਚੇ